ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮ੍ਰਿਤਕਾ ਸੰਜਨ ਦੇ ਪਰਿਵਾਰ ਵਾਲਿਆਂ ਨੇ ਸਹੁਰਾ ਪਰਿਵਾਰ ਦੇ ਪੱਖ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਇਸਤੇਮਾਲ ਕੀਤਾ ਗਿਆ ਹਥਿਆਰ ਕੋਈ ਹੋਰ ਨਹੀਂ ਉਹੀ ਲੱਕੜੀ ਸੀ ਜਿਸ ਦੇ ਨਾਲ ਸੰਜਨਾ ਦਾ ਸੰਸਕਾਰ ਕੀਤਾ ਜਾ ਰਿਹਾ ਸੀ। ਉਦੋਂ ਮ੍ਰਿਤਕਾ ਦੇ ਭਰਾਵਾਂ ਨੇ ਬਲਦੀ ਹੋਈ ਲੱਕੜੀ ਉਠਾ ਲਈ ਅਤੇ ਇਲਾਕੇ ਨਿਵਾਸੀਆਂ ਦੇ ਪਰਿਜਨਾਂ ਉੱਤੇ ਹਮਲਾ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕੱਲ੍ਹ ਅੰਮ੍ਰਿਤਸਰ ਵਿੱਚ ਸੰਜਨਾ ਨੇ ਆਪਣੇ ਹੀ ਘਰ ਵਿੱਚ ਆਤਮ ਹੱਤਿਆ ਕਰ ਲਈ ਸੀ ਅਤੇ ਪਰਿਜਨਾਂ ਦਾ ਇਲਜ਼ਾਮ ਸੀ ਕਿ ਸੰਜਨਾ ਨੇ ਆਤਮ ਹੱਤਿਆ ਨਹੀਂ ਸਗੋਂ ਉਸ ਦੀ ਹੱਤਿਆ ਉਸਦੇ ਸਹੁਰੇ ਪਰਿਵਾਰ ਵੱਲੋਂ ਕੀਤੀ ਗਈ ਹੈ ਅਤੇ ਅੱਜ ਜਦੋਂ ਸੰਜਨਾ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਹਮਲਾ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁਟ ਗਈ। ਹਾਂਜੀ, ਕੀ ਨਾਮ ਭਾਜੀ ਆਪਣਾ? ਸਲਿਲ ਕਪੂਰ ਜੀ। ਜੀ, ਕੱਲ੍ਹ ਸਾਡੇ ਇਲਾਕੇ ਦੇ ਵਿੱਚ ਇੱਕ ਬੜੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਘਟੀ ਸੀ ਵੀ ਇੱਕ ਕੁੜੀ ਜਿਹੜੀ ਡਿਪਰੈਸ਼ਨ ਦਾ ਮਾਨਸਿਕ ਤੌਰ ਦੇ ਉੱਤੇ ਪਤਾ ਨਹੀਂ ਉਹਦਾ ਕੋਈ ਇਲਾਜ ਚੱਲ ਰਿਹਾ ਸੀ, ਉਹ ਦਵਾਈਆਂ ਵੀ ਖਾ ਰਹੀ ਹੈ, ਡਾਕਟਰਾਂ ਦੀਆਂ ਪਰਚੀਆਂ ਨੇ, ਔਰ ਕੱਲ੍ਹ ਵੀ ਅਸੀਂ ਘਰ ਅਫਸੋਸ ਕਰਨ ਗਏ ਸਾਂ। ਅੱਜ ਵੀ ਉਹਦਾ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਸੀ, ਅਸੀਂ ਇੱਥੇ ਆਏ ਹਾਂ ਆਪਣੇ ਸਭ ਮਹੱਲੇ ਵਾਲੇ ਇਕੱਠੇ ਹੋ ਕੇ ਸਭ ਲੋਕ ਅਸੀਂ ਅਫਸੋਸ ਕਰਨ ਦੇ ਲਈ ਆਏ ਹਾਂ ਅਤੇ ਕੁੜੀ ਦੇ ਭਰਾ ਜਿਹੜੇ ਹੈ ਉਹ ਬਲਦੀ ਅੱਗ ਦੇ ਵਿੱਚੋਂ ਲੱਕੜਾ ਕੱਢ ਕੇ ਮਹੱਲੇ ਦੇ ਵਾਲੇ ਲੋਕਾਂ ਦੇ ਉੱਤੇ ਜਿਹੜੀਆਂ ਮਾਰਨੀਆਂ ਸ਼ੁਰੂ ਹੋ ਗਏ ਆ, ਜਿਹੜੀਆਂ ਸਬੂਤ ਤੁਹਾਡੇ ਸਾਹਮਣੇ ਆ, ਮੈਂ ਤੁਹਾਨੂੰ ਦਿਖਾਇਆ, ਹੋਰ ਵੀ ਇੱਥੇ ਲੇਡੀਜ਼ ਨੇ ਉਹਨਾਂ ਨੂੰ ਮਾਰਿਆ, ਜਿਹੜੇ ਕਿ ਕੋਈ ਉਹਨਾਂ ਦੇ ਰਿਸ਼ਤੇਦਾਰ ਨਹੀਂ ਹੈ, ਸਿਰਫ ਅਤੇ ਸਿਰਫ ਇੱਕ ਮਹੱਲੇਦਾਰ ਨੇ ਵੀ ਜਿਹੜੇ ਕੁੜੀ ਦੇ ਪਿੱਛੇ ਆਏ ਸੀ ਵੀ ਕੁੜੀ 15 ਸਾਲ ਤੋਂ 10 ਸਾਲ ਤੋਂ ਜਿੰਨੇ ਵੀ ਸਾਲ ਉਹਨੂੰ ਵਿਆਹੇ ਹੋਏ ਸੀ ਉਹਦੇ ਪਿੱਛੇ ਅਸੀਂ ਸਭ ਲੋਕ ਜਿਹੜੇ ਇਕੱਠੇ ਹੋ ਕੇ ਆਏ ਹਾਂ ਅਤੇ ਕੁੜੀ ਭਰਾ ਨੇ ਇਹ ਨਹੀਂ ਦੇਖਿਆ ਵੀ ਇਹ ਲੋਕ ਕਾਹਦੇ ਲਈ ਆਏ ਆ, ਅਸੀਂ ਵੀ ਉਹਨਾਂ ਦੇ ਦੁੱਖ ਦਾ ਦੁੱਖ ਸਾਂਝਾ ਕਰਨ ਆਏ ਸਨ, ਲੇਕਿਨ ਉਹਨਾਂ ਨੇ ਮਤਲਬ ਇਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਹੈ, ਉਹ ਕਿਸੇ ਗੱਲ ਨੂੰ ਲੁਕਾਉਣ ਦੇ ਲਈ ਹੈ ਸਭ ਕੁਝ ਜਿਹੜਾ ਉਹ ਗੇਮ ਜਿਹੜੀ ਉਹ ਕਰ ਰਹੇ ਹੈ। ਮੈਂ ਨਹੀਂ ਸਮਝਦਾ ਐਸੀ ਕਿਹੜੀ ਗੱਲ ਹੈ ਮੇਰੀ ਲੁਕਾ ਕੇ ਉਹ ਬਦਮਾਸ਼ੀ ਕਰਕੇ ਜਿਹੜੀ ਹੈ ਲੋਕਾਂ ਨੂੰ ਭਜਾਉਣਾ ਚਾਹੁੰਦੇ ਸੀ। ਇਹਦੇ ਸੰਬੰਧ 'ਚ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਹਾਂ, ਪੋਸਟਮਾਰਟਮ ਤੋਂ ਬਾਅਦ ਵੀ ਮੈਂ ਕਿਹਾ ਸੀ ਪੁਲਿਸ ਵਾਲਿਆਂ ਨੂੰ ਉੱਥੇ ਫੋਰਸ ਲਾ ਦਿਓ, ਐਸੇ ਕੇਸ ਦੇ ਵਿੱਚ ਜਿਹੜਾ ਵਾ ਕੋਈ ਨਾ ਕੋਈ ਘਟਨਾ ਘਟ ਜਾਂਦੀ ਹੈ, ਲੇਕਿਨ SHO ਸਾਹਿਬ ਨੂੰ ਮੈਂ 2 ਫੋਨ ਕੀਤੇ, ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ, ਨਾ ਹੀ ਉੱਥੇ ਸਿੰਗਲ ਬੰਦਾ ਵੀ ਪੁਲਿਸ ਰਾਤੇ ਹੈਗਾ ਸੀ, ਔਰ ਉਹਨਾਂ ਤੋਂ ਬਾਅਦ ਆਉਣ ਤੋਂ ਬਾਅਦ ਵੀ ਇੱਥੇ ਜਿਹੜੇ ਬੰਦੇ ਜਿਹੜੇ ਹੈ ਖੜ੍ਹੇ ਰਹੇ, ਅਸੀਂ ਕਹਿੰਦੇ ਰਹੇ ਵੀ ਇਹਨਾਂ ਬੰਦਿਆਂ ਨੇ ਇਹ ਘਟਨਾ ਜਿਹੜੀ ਕੀਤੀ ਹੈ, ਔਰ ਪੁਲਿਸ ਦੇ ਸਾਹਮਣੇ ਬਦਮਾਸ਼ੀ ਉਹ ਕਰਦੇ ਰਹੇ ਆ, ਪੁਲਿਸ ਨੇ ਭਜਾਏ, ਅਸੀਂ ਕਹਿੰਦੇ ਵੀ ਪੁਲਿਸ ਉਹ ਬੰਦਿਆਂ ਨੂੰ ਫੜ ਕੇ ਲਿਆਵੇ, ਇੱਥੇ ਇਰਦ ਗਿਰਦ ਹੀ ਉਹ ਬੰਦੇ ਹੈਗੇ ਨੇ, ਉਹ ਬੰਦਿਆਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਵੀ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਵੀ ਬਦਮਾਸ਼ੀ ਕਿਸ ਤਰ੍ਹਾਂ ਕਰੀਦੀ ਹੈ, ਸਰੇਆਮ ਧੱਕਾ ਜਿਹੜਾ ਗੁੰਡਾਗਰਦੀ ਉਹ ਕਰ ਰਹੇ ਨੇ। ਮੈਂ ਕਹਿਣਾ ਚਾਹੁੰਦਾ ਜੀ, ਮੈਂ ਇੱਥੇ ਆਇਆ ਸੰਸਕਾਰ ਕਰਨ ਆਪਣੀ ਨੂੰਹ ਦਾ, ਅਤੇ ਉਹਨਾਂ ਨੇ ਲੱਕੜ ਚੁੱਕਿਆ, ਬਲਦੀ ਮੈਨੂੰ ਮਾਰੀ ਹੈਗੀ ਆ, ਤੁਹਾਨੂੰ ਮਾਰੇ ਹੈਗੇ, ਰਾਤੀ ਵੀ ਕੁਰਬਾਨਾ ਲੈ ਕੇ ਆਏ ਨੇ, ਮਤਲਬ ਉੱਥੇ ਗਲੀ ਮਹੱਲੇ ਸਾਨੂੰ ਕੁੱਟ ਕੱਟ ਕੇ ਗਏ ਨੇ ਰਾਤੀ। ਕੀ ਗੱਲ ਕੀ ਹੋਈ ਕਾਰਨ? ਗੱਲ ਕੁਛ ਨਹੀਂ ਹੋਇਆ ਜੀ, ਮਤਲਬ ਕੁੜੀ ਜਿਹੜੀ ਹੈਗੀ ਆ ਉਹਨੇ ਮਤਲਬ ਫਾ ਲਿੱਤਾ, ਉਹਨੂੰ ਚੁੱਕ ਕੇ ਹਸਪਤਾਲ ਲੈ ਗਏ, ਹਸਪਤਾਲ ਗਏ ਆ, ਸਾਹ ਆ ਗਏ ਸੀ ਉਹਦੇ 'ਚ, ਡਾਕਟਰਾਂ ਨੇ ਛੋਕ ਮਾਰਿੰਦਾ ਹਸਪਤਾਲ ਉਹਨੇ ਕੀਤਾ ਹੈਗਾ, ਮਤਲਬ ਮੁਆਇਨਾ ਕੀਤਾ ਹੈਗਾ, ਉਹਨੇ ਕਿਹਾ ਜੀ ਇਹਦਾ ਹਾਰਟ ਬੰਦ ਹੋ ਗਿਆ ਹੈਗਾ, ਅਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਇਹ ਇਹਨੇ ਇਕੱਲਾ ਮੁੰਡਾ ਆਇਆ ਭਰਾ ਇਹਦਾ, ਇਹਨੇ ਫਿਰ ਬੰਦੇ ਇਕੱਠੇ ਕਰਕੇ ਮਤਲਬ ਚੀਜ਼ ਹੈਗੀ ਹੈ, ਅਤੇ ਉੱਥੇ ਹੱਲਾ ਬੋਲਦਾ ਹੈਗਾ, ਸਾਡੇ 2 ਮਤਲਬ ਪੋਤਰਿਆਂ ਨੂੰ ਕੁੱਟਿਆ ਹੋਇਆ, ਬੁੱਲ ਪਾਟੇ ਹੋਏ ਉਹਦੇ। ਕੀ ਨਾਮ ਸੀ? ਕਥਿਤ। ਹਾਂਜੀ, ਲੜਕੀ ਦਾ ਨਾਮ ਕੀ ਸੀ? ਲੜਕੀ ਦਾ ਸੰਜਣਾ। ਬੱਚੇ ਕੋਈ ਹੈਗੇ ਸੀ? ਬੱਚੇ 2 ਹੋ ਗਏ ਜੀ, ਇੱਕ ਬੱਚਾ 4-5 ਮਹੀਨਿਆਂ ਦਾ ਹੈਗਾ ਜੀ, ਇੱਕ ਬੱਚਾ ਹੈਗਾ 10 ਸਾਲ ਦਾ, 11 ਸਾਲ ਦਾ, ਅਤੇ ਬੱਚੇ ਉਹਦੇ ਲਈ ਜਾਂਦੇ ਹੀ ਨਹੀਂ ਸੀ ਹੈਗੇ, ਕਹਿੰਦੇ ਇਹ ਚੀਜ਼ ਹੈਗੀ ਹੈ। ਬਸ ਇਹ ਸੰਸਕਾਰ ਕਰਨ ਗਏ, ਅਸੀਂ ਪਿੱਛੇ ਮਤਲਬ ਅੰਦਰ ਗਏ ਜਿੰਨੇ ਹੱਥੋਂ ਭਾਅ ਜੀ ਪੈ ਗਏ ਜੀ, ਸਾਨੂੰ ਦੱਸਿਆ ਨਹੀਂ, ਐਂ ਪਹਿਲੇ ਸੰਸਕਾਰ ਕਰਕੇ ਨਿਕਲ ਚਲੇ, ਕਿਹਾ ਤੁਸੀਂ ਲੈਣ ਕੀ ਆਏ ਜੀ? ਨਾ ਸਾਨੂੰ ਕਾਹਲੀ ਨਹੀਂ ਕੀਤੀ ਹੈ ਜੀ, ਹਾਂ ਅਸੀਂ ਤਾਂ ਚੱਦਰ ਚੁੱਦਰ ਲੈ ਕੇ ਆਏ ਚੀਜ਼ ਹੈਗੀ ਉੱਥੋਂ, ਅਤੇ ਚਲੋ ਚੱਦਰ ਬੰਨ ਜਾ ਕੇ ਉੱਥੇ। ਅਸੀਂ ਮੰਗ ਕਰ ਰਹੇ ਹੈਗੇ ਕਿ ਮੈਂ ਇਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ, ਜਿਹੜਾ ਜ਼ੁਲਮ ਕੀਤਾ ਹੈਗਾ, ਅਸੀਂ ਰਿਪੋਰਟ ਕਹਿੰਦੇ ਲਿਖਾਈਏ ਜੀ, ਇੱਥੇ ਹੀ ਹੈਗੇ ਹਾਂ ਅਸੀਂ।
ਰਿਪੋਰਟ ਜਿਹਨਾਂ ਨੂੰ ਸੱਟ ਲੱਗੀ ਸਾਡੀ ਮਨ ਉਹਨੂੰ ਭਰਜਾਈ ਨੂੰ ਸੱਟ ਲੱਗੀ ਹੈਗੀ ਮਤਲਬ ਚੀਜ਼ ਹੈਗੀ ਹੈ ਭਰਾ ਦੀ ਬੋਡੀ ਨੂੰ ਸੱਟ ਲੱਗੀ ਹੈ ਹੋਰਨਾਂ ਨੂੰ ਹੁਣ ਸਾਰਾ ਸੈਲਿੰਗ ਲਗਾ ਗਲੀ ਮਹੱਲੇ 'ਚ ਉਹਨੂੰ ਸੱਟ ਲੱਗੀ ਹੈ ਅਜੇ ਮਤਲਬ ਅੱਛਾ ਹੀ ਤੁਹਾਡੇ ਕੋਲ ਖੋਤੇ ਆਏ ਹਾਂ ਅਜੇ ਅਜੇ ਤਾਂ ਕੰਪਲੇਂਟ ਕਰੀ ਗਏ ਕੋਈ ਵੀ ਨਹੀਂ ਕੀ ਕਹਿਣਾ ਚਾਹੁੰਦੇ ਅੱਜ ਕੀ ਗੱਲ ਹੋਈ ਹੈ ਇਹਨਾਂ ਨੇ ਜੋ ਵੀ ਕੀਤਾ ਸਾਡੇ ਲੋਕਾਂ ਨਾਲ ਬਹੁਤ ਗਲਤ ਕੀਤਾ ਦੱਸੋ ਮਹੱਲੇ ਵਾਲੇ ਅਸੀਂ ਸੰਸਕਾਰ 'ਤੇ ਆਏ ਹਾਂ ਸਾਡੇ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਸੰਸਕਾਰ ਕਰ ਛੱਡਿਆ ਉੱਪਰੋਂ ਜਾਂ ਮਤਲਬ ਵਿਹਲੇ ਹੋ ਕੇ ਬੈਠੇ ਹੋਏ ਅਤੇ ਆਉਂਦੇ ਹਾਂ ਸਾਨੂੰ ਮਾਰਨ ਕੁੱਟਣ ਨੂੰ ਪੈ ਗਏ ਆ ਸਾਡੇ ਮਤਲਬ ਲੱਕੜਾਂ ਇਹਨਾਂ ਨੇ ਬਲਦੀਆਂ ਹੋਈਆਂ ਕੱਢ ਕੇ ਉੱਥੋਂ ਅਤੇ ਮੇਰੇ ਜਵਾਈ ਦੇ ਬੇਟਿਆਂ ਦੇ ਹੋਰ ਗਲੀ ਦੇ ਬੰਦਿਆਂ ਨੂੰ ਮਤਲਬ ਮਾਰੀਆਂ ਇਹਨਾਂ ਨੇ ਚਿੰਨਾ ਚਪੇੜਾਂ ਮਾਰ ਬਹੁਤ ਮਤਲਬ ਇਹਨਾਂ ਨੇ ਮਾਰਿਆ ਇਹਨੂੰ ਮਤਲਬ ਗਲਤ ਇਹਨਾਂ ਨੇ ਜੋ ਵੀ ਕੀਤਾ ਸਾਡੇ ਨਾਲ ਕੀਤਾ ਲੜਕੀ ਸ਼ੁਰੂਆਂ ਮਤਲਬ ਦਿਮਾਗੀ ਹਾਲਤ ਇਹਦੀ ਠੀਕ ਨਹੀਂ ਸੀ ਜਦ ਦਾ ਇਹਦੇ ਘਰ ਬੇਟਾ ਜੰਮਿਆ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਹਨਾਂ ਨੇ ਸਾਨੂੰ ਮਤਲਬ ਉਦੋਂ ਦਾ ਹੀ ਬਹੁਤ ਤੰਗ ਕੀਤਾ ਇਹਦੇ ਪੇਕਿਆਂ ਨੇ ਵੀ ਬਹੁਤ ਤੰਗ ਕੀਤਾ ਹੋਇਆ ਸੀ ਸਾਨੂੰ ਇਹਨਾਂ ਨੇ ਘਰਦਿਆਂ ਨੂੰ ਡੇਕਿਆ ਵੀ ਨਹੀਂ ਜੂ ਦੇ ਘਰ ਬੇਟਾ ਹੋਇਆ 6 ਮਹੀਨੇ ਹੋ ਗਏ ਇਹਦੀ ਦਿਮਾਗ ਦੀ ਹਾਲਤ ਠੀਕ ਨਹੀਂ ਸੀ ਅਸੀਂ ਇਹਦਾ ਇਲਾਜ ਵੀ ਕਰਾਉਂਦੇ ਪਏ ਹੁਣ ਅਸੀਂ ਇਹੀ ਕਹਿੰਦੇ ਹਾਂ ਕਿ ਸਾਡੇ ਮੁੰਡੇ ਤੋਂ ਪਰਚਾ ਹਟਾਇਆ ਜਾਵੇ ਸਾਡੇ ਮੁੰਡੇ ਦਾ ਇਹਦੇ 'ਚ ਕੋਈ ਕਸੂਰ ਨਹੀਂ ਉਹ ਤਾਂ ਕੰਮ 'ਤੇ ਗਿਆ ਹੋਇਆ ਸੀ ਇਹਨੇ ਜੋ ਵੀ ਕੀਤਾ ਕੱਲੀ ਦੇ ਮਗਰੋਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਜਨਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਪਰਿਵਾਰ ਉੱਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਅੱਜ ਉਹਨਾਂ ਦੇ ਭਰਾ 'ਤੇ ਹਮਲੇ ਕਰਨ ਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਅਤੇ ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਕੱਲ੍ਹ ਇੱਕ ਸੰਜਨਾ ਨਾਂ ਦੀ ਕੁੜੀ ਆ ਉਹਨੇ ਆਪਣੇ ਸੰਜਨਾ ਨਾਮ ਦੀ ਕੁੜੀ ਆ ਕੱਲ੍ਹ ਉਹਨੇ ਆਫਾ ਲੈ ਕੇ ਠੀਕ ਹੈ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਉਹਦੇ ਬ੍ਰਦਰ ਦੇ ਬਿਆਨ ਦੇ ਉੱਤੇ ਅਸੀਂ ਅੰਡਰ ਸੈਕਸ਼ਨ 306 ਪਰਚਾ ਦਰਜ ਕਰਤਾ ਪੋਸਟਮਾਰਟਮ ਵਾਸਤੇ ਅਸੀਂ ਡੈੱਡ ਬਾਡੀ ਆ ਜਿਹੜੀ ਉੱਥੇ ਭੇਜਤੀ ਸੀਗੀ ਹਸਪਤਾਲ ਅੱਜ ਪੋਸਟਮਾਰਟਮ ਹੋਇਆ ਉਸ ਤੋਂ ਬਾਅਦ ਇਹ ਸੰਸਕਾਰ ਕਰਨ ਲੱਗੇ ਕੁੜੀ ਵਾਲੇ ਅਤੇ ਇਹ ਸੰਸਕਾਰ ਇਹਨਾਂ ਸ਼ੁਰੂ ਕਰਤਾ ਸੀਗਾ ਮੁੰਡੇ ਵਾਲੇ ਥੋੜ੍ਹੇ ਲੇਟ ਹੋਏ ਉਹ ਆਪ ਵਿੱਚ ਇਹਨਾਂ ਕਿਹਾ ਵੀ ਸਾਨੂੰ ਵੇਟ ਕਰ ਲੈਂਦੇ ਮੁਹੱਲੇ ਵਾਲੇ ਵੀ ਸੀਗੇ ਨਾਲ ਅਤੇ ਇਸ ਤੋਂ ਇਸੇ ਗੱਲ ਤੋਂ ਤਕਰਾਰ ਹੋ ਗਈ ਅਤੇ ਜਿਹੜੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਦੇ ਵੀ ਜਾਂ ਚੋ ਜਿਹਦੇ ਲੱਗਾ ਉਹ ਜੋ ਵੀ ਬਣਦੀ ਕਾਰਵਾਈ ਉਹਦੇ ਮੁਤਾਬਕ ਆਪਾਂ ਮੈਡੀਕਲ ਮੁਤਾਬਕ ਕਾਰਵਾਈ ਕਰ ਦਿਆਂਗੇ ਬਲਦੀਆਂ ਲੱਕੜਾਂ ਵੀ ਚੁੱਕ ਕੇ ਇੱਕ ਦੂਸਰੇ ਤੇ ਮਾਰ ਆਹੋ ਜਿਹਦੇ ਵੀ ਲੱਗੀਆਂ ਉਹ ਆਪਾਂ ਮੈਡੀਕਲ ਕਰਾਵਾਂਗੇ ਬਿਆਨ ਲਿਖਾਂਗੇ ਉਹਨਾਂ ਦੇ ਜੋ ਬਣਦੀ ਕਾਰਵਾਈ ਬਿਊਰੋ ਰਿਪੋਰਟ ਆਵਾਜ਼ੇ ਕੌਮ ਟੀਵੀ